ਬਰਸੀਮ ਦਾ ਮੌਸਮ ਆ ਰਿਹਾ ਤੇ ਬਰਸੀਮ ਦੀ ਕਾਸ਼ਤਕਾਰੀ ਕਰਨ ਲੱਗੇ ਸਾਂ, ਉਹਦੇ ਵਾਸਤੇ ਜ਼ਮੀਨ ਨੂੰ ਤਿਆਰ ਕਰਨਾ ਸੀ, ਤੇ ਮੈਂ ਸੋਚਿਆ ਕਿ ਉਹਨਾਂ ਥੋੜੇ ਜਿਹੇ ਮਨਾਜ਼ਰ ਜਿਹੜੇ ਨੂੰ ਆਪਣੇ ਵੀਰਾਂ ਦੇ ਨਾਲ ਵੀ ਸ਼ੇਅਰ ਕਰਨੇ ਆ। ਤਕਰੀਬਨ 4 ਸਾਢੇ 4 ਕਨਾਲ ਦੀ ਜਗ੍ਹਾ ਹੈ। ਸਭ ਨਾਲੋਂ ਪਹਿਲਾਂ ਇਹਦੇ ਵਿੱਚ, ਕਿਉਂਕਿ ਘਾਹ ਜਿਹੜਾ ਉਹ ਬਹੁਤ ਜ਼ਿਆਦਾ ਹੋ ਗਿਆ, ਅਤੇ ਰੂਟਾਵੇਟਰ ਜਿਹੜਾ ਉਹਦਾ ਇਸਤੇਮਾਲ ਕਰਾਂਗਾ। ਕਿੰਨੀਆਂ ਕੁ ਆਂਗਣੀਆਂ ਜੇ ਜ਼ਮੀਨ ਜਿਹੜੀ ਉਹ ਮਾਸ਼ਾਅੱਲਾ ਕਾਫੀ ਬਿਹਤਰ ਹੋ ਗਈ। ਹੁਣ ਇੱਕ ਸੀਂ ਜਿਹੜੀ ਹੱਲਾਂ ਦੇ ਨਾਲ ਲਾਵਾਂਗੇ, ਫਿਰ ਇਹਨੂੰ ਕੁਝ 4 ਕੁ ਦਿਨ ਵਾਸਤੇ ਇਸ ਤਰ੍ਹਾਂ ਧੁੱਪ ਲਵਾਵਾਂਗੇ। ਉਸ ਤੋਂ ਬਾਅਦ ਫਿਰ ਜਿਹੜਾ ਇਨਸ਼ਾਅੱਲਾ ਬਰਸੀਮ ਦੀ ਕਾਸ਼ਤਕਾਰੀ ਜਿਹੜੀ ਉਹ ਸ਼ੁਰੂ ਕਰਾਂਗੇ ਅਸੀਂ। ਜਿਨ੍ਹਾਂ ਦਿਨ ਕੱਪੜਿਆਂ ਦਾ ਚੇਂਜ ਕਰ ਲਏ ਨੇ ਅਤੇ ਟਰੈਕਟਰ ਦਾ ਅਗਰ ਤੇਲ ਪਾਣੀ ਚੈੱਕ ਕਰ ਲਈਏ। ਬਾਬਾ ਜੀ, ਸਿਆਲ ਵਾਸਤੇ ਤਿਆਰ ਕਰ ਰਹੇ ਹੋ? ਆਹੋ ਜੀ, ਸਿਆਲ ਵਾਸਤੇ। ਜ਼ਾਹਰੀ ਗੱਲ ਹੈ, ਫਿਰ ਸਿਆਲ ਵਾਸਤੇ ਖਾਣਾ ਤਾਂ ਪਹਿਲਾਂ। ਹੁਣ ਬੁੱਢੀ ਉਮਰ ਹੈ, ਜਿਹੜਾ ਕੁਝ ਨਾ ਕੁਝ ਕਰਕੇ ਦੇਣਾ ਤਾਂ ਟੁੱਕਰ ਲੱਭਣਾ ਹੈ ਨਾ। ਹਾਂਜੀ, ਖਾਲੀ ਹੱਥ ਤੇ ਕੋਈ ਨਹੀਂ ਟੁੱਕਰ ਦਿੰਦਾ। ਜੀ ਨਾਦਰੀ ਨੇ ਮੋਹਤਰਮ, ਤੇ ਖੇਤ ਸਾਡਾ ਜਿਹੜਾ ਉਹ ਬਿਜਾਈ ਕਰਨ ਵਾਸਤੇ ਤਿਆਰ ਹੈ। ਹੁਣ ਫਾਈਨਲ ਅੱਜ ਕਰਨਾ ਸਾ ਇਹਨੂੰ, ਲੇਕਿਨ ਫਾਈਨਲ ਕਰਨ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਨਾਈਟਰੋਫਾਸ ਇੱਕ ਬੋਰੀ ਜਿਹੜੀ ਉਹ ਸੁੱਟਾਂਗੇ, ਕਿਉਂਕਿ DAP ਦਾ ਰੇਟ ਬਹੁਤ ਜ਼ਿਆਦਾ ਸੀ। 7,000 ਦੇ ਕਰੀਬ DAP ਦੀ ਬੋਰੀ ਜਿਹੜੀ ਉਹ ਮਿਲ ਰਹੀ ਹੈ, ਅਤੇ ਉਹਦੇ ਮੁਤਬਾਦਲ ਨਾਈਟਰੋਫਾਸ ਜਿਹੜੀ ਹੈ ਉਹ ਬਿਹਤਰੀਨ ਹੈ, ਅੱਛੀ ਚੀਜ਼ ਉਹ ਵੀ। ਅਤੇ ਫਿਲਹਾਲ ਅਸੀਂ ਉਹਦਾ ਇਸਤੇਮਾਲ ਕਰਾਂਗੇ, ਇੱਕ ਬੋਰੀ ਨਾਈਟਰੋਫਾਸ ਇਹਦੇ ਸੱਟਾਂਗੇ। ਫਿਰ ਉਸ ਤੋਂ ਬਾਅਦ ਜਵਾਂ ਦਾ ਬੀਜ ਜਿਹੜਾ ਉਹ ਸੱਟਾਂ ਦੇ ਕੋਈ 4 ਕੁ ਕਿਲੋ ਬੀਜ ਹੈ। ਫਿਰ ਉਸ ਤੋਂ ਬਾਅਦ ਸੁਹਾਗਾ ਮਾਰ ਕੇ ਅਤੇ ਫਾਈਨਲ ਕਰ ਦਿਆਂਗੇ ਬਿੰਦੂ ਪਰ। ਲਾਰੀ ਸਾਡੀ ਜਿਹੜੀ ਉਹ ਬਿਲਕੁਲ ਰੈਡੀ ਹੈ, ਅਤੇ ਬਾਕੀ ਚਲੋ ਨਾਦਰੀ ਨੇ ਮੋਹਤਰਮ ਆਪਣੇ ਕੰਮ ਨੂੰ ਅਸੀਂ ਸਟਾਰਟ ਕਰਨੇ ਆ। ਇਹ ਸਾਡਾ ਜਵਾਂ ਦਾ ਬੀਜ ਹੈ, ਇਹਨੂੰ ਮੈਂ ਕੱਲ੍ਹ ਰਾਤ ਨੂੰ ਜਿਹੜਾ ਸੀ ਉਹ ਭੇਜ ਰਿਹਾ ਸੀ, ਕਿਉਂਕਿ ਇਹ ਨਰਮ ਹੋ ਜਾਏਗਾ ਤਾਂ ਫਿਰ ਸਮਝ ਲਓ ਕਿ ਜਲਦੀ ਜਿਹੜਾ ਉਹ ਨਿਕਲ ਆਵੇਗਾ। ਜੀ ਨਾਦਰੀ ਨੇ ਮੋਹਤਰਮ, ਅਤੇ ਖਾਦ ਵੀ ਖਿਲਾਰ ਦਿੱਤਾ, ਹੁਣ ਸੁਹਾਗਾ ਮਾਰ ਕੇ ਖੇਤ ਨੂੰ ਜਿਹੜਾ ਉਹ ਫਾਈਨਲ ਕਰਨੇ ਆ। ਬੰਨੀਆਂ ਜਿਹੜੀਆਂ ਨੇ ਉਹ ਅਸਾਂ ਮਤਲਬ ਬਣਾ ਦਿੱਤੀ ਹੈ, ਲਸਣ ਦੀ ਕਾਸ਼ਤ ਕਰਨ ਵਾਸਤੇ ਕਿਆਰੀ ਜਿਹੜੀ ਹੈ ਉਹ ਅਸਾਂ ਰੈਡੀ ਕਰ ਦਿੱਤੀ ਹੈ, ਕਿ ਸਾਡਾ ਖੇਤ ਜਿਹੜਾ ਵੇ ਉਹ ਹੁਣ ਬਿਜਾਈ ਕਰਨ ਵਾਸਤੇ ਮੁਕੰਮਲ ਤੌਰ 'ਤੇ ਤਿਆਰ ਹੋ ਗਿਆ। ਅਤੇ ਉਸ ਤੋਂ ਬਾਅਦ ਹੁਣ ਅਸੀਂ ਇਹਨਾਂ ਬੰਨੀਆਂ ਦੇ ਉੱਤੇ ਜਿਹੜਾ ਉਹ ਸਬਜ਼ੀ ਦੇ ਕੁਝ ਬੀਜ ਜਿਹੜੇ ਨੇ ਉਹ ਲਾਵਾਂਗੇ, ਔਰ ਫਿਰ ਉਸ ਤੋਂ ਬਾਅਦ ਇਨਸ਼ਾਅੱਲਾ ਇਸ ਕਿਆਰੇ ਨੂੰ ਪਾਣੀ ਲਾ ਕੇ, ਆ ਕਿਆਰਾ ਸਾਡਾ ਮੁਕੰਮਲ ਤੌਰ 'ਤੇ ਰੈਡੀ ਹੈ, ਇਹਨੂੰ ਹੁਣ ਪਾਣੀ ਲਾ ਕੇ ਅਤੇ ਫਿਰ ਅਸੀਂ ਛਟਾਲੇ ਦੀ ਬਿਜਾਈ ਜਿਹੜੀ ਉਹ ਸ਼ੁਰੂ ਕਰਨੇ ਆ। ਧਨੀਆ, ਉਸ ਤੋਂ ਬਾਅਦ ਇਹ ਬੀਜ ਜਿਹੜਾ ਪਾਲਕ ਦਾ, ਔਰ ਉਸ ਤੋਂ ਬਾਅਦ ਹੈ ਮੇਥੀ, ਔਰ ਇਹ ਬੀਜ ਹੈ ਸਾਡਾ ਮੂਲੀ ਦਾ, ਇਹ ਜਿਹੜਾ ਵੇ ਇਹ ਸ਼ਲਜਮ ਦਾ ਬੀਜ ਹੈ, ਇਹ ਸਾਡਾ ਬਰਸੀਮ ਦਾ ਬੀਜ ਹੈ। ਇਹ ਵੇਖੋ, ਸਭ ਨਾਲੋਂ ਪਹਿਲਾਂ ਸਾਨੂੰ ਇਹ ਜਿਹੜਾ ਸੁੱਕਾ ਧਨੀਆ ਇਹਨੂੰ ਪਹਿਲਾਂ ਥੋੜ੍ਹਾ ਜਿਹਾ ਮਤਲਬ ਹਲਕਾ ਫੁਲਕਾ ਜਿਹੜਾ ਕੁੱਟਣਾ ਪੈਣਾ। ਜੀ ਨਾਜ਼ਰੀਨ ਮੋਹਤਰਮ, ਅਤੇ ਬੀਜ ਸਾਡਾ ਜਿਹੜਾ ਧਨੀਏ ਦਾ ਉਹ ਹਲਕਾ ਫੁਲਕਾ ਬਿੰਦੇ ਪਿਆ, ਦਾਦੜ ਫਾਦੜ ਅਸਾਂ ਕੀਤਾ, ਸਿਰਫ ਇਸ ਤਰ੍ਹਾਂ ਜਿਹੜਾ ਹੈ ਨਾ, ਮਤਲਬ ਜ਼ਿਆਦਾ ਬੀਜ ਟੁੱਟੇ ਵੀ ਨਾ, ਔਰ ਇਸ ਤਰ੍ਹਾਂ ਮਤਲਬ 2 ਹਿੱਸੇ ਵੀ ਹੋ ਜਾਏ। ਬਿਸਮਿਲ੍ਲਾ, ਜੀ ਨਾਜ਼ਰੀਨ ਮੋਹਤਰਮ, ਅਤੇ ਅਲਹਮਦੁਲਿਲਾ ਇਸ ਬੰਨੀ ਦੇ ਅਸਾਂ ਧਨੀਆ ਜਿਹੜਾ ਉਹ ਲਾ ਦਿੱਤਾ, ਅਤੇ ਤੁਹਾਨੂੰ ਥੋੜ੍ਹਾ ਜਿਹਾ ਵਿਖਾਈਏ ਕਿ ਕਿੱਥੋਂ ਤੱਕ ਲਾਇਆ, ਅਤੇ ਇੱਥੋਂ ਤੱਕ ਅਸਾਂ ਧਨੀਆ ਜਿਹੜਾ ਉਹ ਲਾਇਆ ਇਸ ਬੰਨੀ ਦੇ ਉੱਤੇ ਇੰਨਾ। ਹੁਣ ਇਸ ਤੋਂ ਅੱਗੇ ਜਿਹੜਾ ਵੀ ਅਸੀਂ ਥੋੜ੍ਹੀ
पालक लावां दे उस साए तक। हाँ जी नाजरी ने मोहतरम पानी जड़ा वो असा ला दिता खेत नू। हाँ वेख रहे हो ना ठीक है। तो इंशाल्लाह जिसले पानी मुकम्मल हो जाएगा इस क्यारे दे विच फिर उस तो बाद असी बरसीम जड़ा उहदा बीज खिलारांगे इहदे विच। तो पानी की सूरत हाल जी कुछ इस तरह तकरीबन अद्धा क्यारा जो पीस गया है कि माशाल्लाह जानवर जड़े ने वो भी किस तरह अपनी खुराक जी तलाश कर रहे हैं। तो क्यारा साडा जड़ा ना तकरीबन बीज चल रहा है। तो मेरा दिल है कि बीज जड़ा ना असी वो थोड़ी जी कर लीए तैयारी। यह साडा बरसीम का बीज ये मिक्स किया है अलसी राया और उस तो बाद हालियों का बीज है। हालियों का बीज अगर तुम्हें नज़र आता है काफ़ी बरीक है वह भी तकरीबन बरसीम की तरह इस वास्ते नज़र नहीं आना जी। नादरी ने मोहतरम तो बीज असा सारा मिक्स कर दिता हूँ उसके असी शलजम का बीज जड़ा वे उन्हें मिक्स करांगे जी। नादरी ने मोहतरम तो यह शलजम का बीज अपने दिलों से अच्छा करके लिया। बाकी वेखो हूँ ये जिस वक्त उगेगा तैयार होगा तो फिर पता लगेगा कि शलजम जड़े ने किस तरह के निकलते हैं। बाकी असी इनू सारे मिक्स करना ये ताकि वह तिना क्यारियों के जोड़ा वे वो हिस्से के नाल तकसीम हो जाएगा। तीन पैकेट जोड़े ने मैं तैयार कर छड़े ने। पहला क्यारा जोड़ा हूँ तैयार तकरीबन इस बीज में खिलारांगे जोड़ा बधेगा फिर इंशाल्लाह जोड़ा बड़ा क्यारा है वो जगह मैं यह छापर तैयार किया। बाकी चलो चलने अपने पानी वाल और बहने की सूरत हाल है क्यारे की। लो जी नाजरीन मोहतरम तो साडा क्यारा जिहड़ा अलहमदुल्ला अलहमदुल्ला भी मुकम्मल हो गया। पानी जिहड़ा सारे क्यारे दे विच फुल हो गया। हुण असी आखरी क्यारा जिहड़ा साडा रह गया उहनू पानी लाने आ ते उहदे विच जिहड़ा असी बीज खिलारने आ ते फिर उस तो बाद इह मुकम्मल हो जाएगा फिर इंशाल्लाह इहदे विच बीज खिलार के ते फारग हो जाणगे। थोड़ा नज़दीक तो तुहानू आ दईए आ वेख रहे हो नाजरीन मोहतरम कि आह क्यारा साडा जिहड़ा मुकम्मल हो गया हुण ते इहदे विच बीज खिलारने ते आह इक क्यारा रह गया। ऐसे क्यारे लाने पानी इस आखरी क्यारे नूं जी नादरी ने मोहतरम तो इस आखरी क्यारे नूं जिहड़ा वह भी पानी लग गया ते हुण असीं इंशाल्लाह उस क्यारे नूं जिहड़ा मुकम्मल हो गया जिहदे विच पानी फिर गया सारा उहदे विच बीज खिलारने आ ते फिर आ पीचां दा ते फिर इहदे विच वी बीज खिलारांगे इंशाल्लाह। तीसरा क्यारा जिहड़ा आखरी क्यारा वह भी अलहमदुलिल्लाह पीच गया मुकम्मल हो गया। बस ए थोड़ी जी जगह रह गई है ते फिर उस तों बाद असीं इंशाल्लाह इहदे विच वी जिहड़ा वह बीज खिलारांगे और उस तों बाद साडी थूम वाली लेबर जिहड़ी है वह भी अलहमदुलिल्लाह थूम ला रहे ने। जो ही वह थूम ला लेंदे ने मुकम्मल हो जाता तो फिर उस तों बाद असीं इंशाल्लाह उहनूं भी मतलब प्या देंगे। इस जी नादरीन मोहतरम तो तुसां अज दे विलॉग दे विच वेख्या है कि असां बरसीम की काश्तकारी जिहड़ी है वह मुकम्मल कर ली है अपनी अलहमदुलिल्लाह सुम्मा अलहमदुलिल्लाह। तो उम्मीद करना कि तुहानूं वीरां नूं वीडियो पसंद आएगी। इसे दुआ दे नाल कल्ला पाक साडे सुनण वेखण वालिआं नूं हमेशा शादो आबाद रखे। अपनियां नेक दुआवां दे नाल सानूं दिओ इजाजत। मिलांगे एक नवें विलॉग दे नाल। तब तक लई अल्लाह हाफिज़ अल्लाह निगहबान।